ਪੰਜਾਬ ਵਿੱਚ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਪਾਰਟੀ ਤੇ ਤੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਹਲਕਾ ਖਿਮਕਰਨ ਤੋਂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਹਮਲਾ ਵੀ ਸਾਡੇ ਵਰਕਰਾਂ ਤੇ ਹੋਇਆ, ਗੋਲੀਆਂ ਵੀ ਸਾਡੇ ਤੇ ਚੱਲੀਆਂ ਅਤੇ ਪੁਲਿਸ ਨੇ ਕੇਸ ਵੀ ਸਾਡੇ ਤੇ ਹੀ ਦਰਜ ਕੀਤੇ ਨੇ। ਇੱਥੇ ਇਹ ਦੱਸਣਯੋਗ ਗੱਲ ਹੈ ਕਿ ਯਾਦਵ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਦੀ ਕਾਨਫਰੰਸ ਚੱਲ ਰਹੀ ਸੀ ਤਾਂ ਉਸ ਦੌਰਾਨ ਭਿੱਖੀ ਪਿੰਡ ਪੁਲਿਸ ਕਾਫੀ ਵੱਡੀ ਗਿਣਤੀ ਵਿੱਚ ਆਈ ਅਤੇ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ 'ਚ ਬਾਹਰੋਂ ਹਥਿਆਰਬੰਦ ਬੰਦੇ ਲਿਆ ਕੇ ਬਿਠਾਉਣ ਦੇ ਇਲਜ਼ਾਮ ਲਗਾਏ, ਜਦਕਿ ਉਸ ਸਮੇਂ ਉੱਥੇ ਕੋਈ ਵੀ ਅਜਿਹਾ ਹਥਿਆਰਬੰਦ ਸ਼ੱਕੀ ਸ਼ਖਸ ਮੌਜੂਦ ਨਹੀਂ ਸੀ। ਭਿੱਖੀ ਪਿੰਡ ਦੇ SHO ਸਰਬਜੀਤ ਸਿੰਘ ਅਤੇ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਵਿੱਚ ਕਾਫੀ ਗਰਮਾ ਗਰਮੀ ਹੋਈ। ਦੇਖੋ, ਚੋਣ ਪ੍ਰਚਾਰ ਅੱਜ ਬੰਦ ਹੋ ਜਾਣਾ ਹੈ ਔਰ ਜਿੰਨਾ ਕੁ ਸਾਨੂੰ ਮੌਕਾ ਮਿਲਿਆ ਹੈ, ਕਿਉਂਕਿ ਪੁਲਿਸ ਨੇ ਜਿਸ ਤਰ੍ਹਾਂ ਕਾਂਗਰਸ ਦੀ ਕਠਪੁਤਲੀ ਬਣ ਕੇ ਕੰਮ ਕੀਤਾ ਆ, ਕਾਂਗਰਸ ਦੇ ਗੁੰਡਿਆਂ ਨੇ ਜਿਸ ਤਰ੍ਹਾਂ ਦੀ ਅਕਾਲੀ ਉਮੀਦਵਾਰਾਂ ਨਾਲ, ਉਹਨਾਂ ਦੇ ਪਰਿਵਾਰਾਂ ਨਾਲ, ਵਰਕਰਾਂ ਨਾਲ ਜਿਆਦਤੀ ਕੀਤੀ ਹੈ, ਉਹਦੇ ਬਾਵਜੂਦ ਵੀ ਸਾਡੇ ਉਮੀਦਵਾਰਾਂ ਨੂੰ ਘਰਾਂ ਤੋਂ ਭਜਾ ਛੱਡਿਆ। ਮਾਣਯੋਗ ਅਦਾਲਤ ਵੱਲੋਂ ਇੰਟਰਮ ਬੇਲ ਮਿਲਣ ਤੋਂ ਬਾਅਦ, ਜ਼ਮਾਨਤ ਮਿਲਣ ਤੋਂ ਬਾਅਦ ਸਾਡੇ ਉਮੀਦਵਾਰਾਂ, ਇੱਕ ਤਰ੍ਹਾਂ ਕਹਿ ਲਓ ਕਿ ਪਰਸੋਂ ਤੋਂ ਪ੍ਰਚਾਰ ਸ਼ੁਰੂ ਕੀਤਾ ਹੈ। ਅਤੇ ਜੋ ਕੁਛ ਵੀ ਇੱਥੇ ਗੁੰਡਾਗਰਦੀ ਹੋਈ ਆ, ਜਿਸ ਤਰ੍ਹਾਂ ਦੇ ਵੀ ਇੱਥੇ ਕਾਂਗਰਸ ਪਾਰਟੀ ਵੱਲੋਂ, ਹਲਕਾ ਵਿਧਾਇਕ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ, ਪੁਲਿਸ ਨੂੰ ਵਰਤ ਕੇ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਪੈਦਾ ਕੀਤੇ ਗਏ ਨੇ, ਉਹਦਾ ਇੱਕੋ ਇੱਕ ਕਾਰਨ ਹੈ ਕਿ ਕਾਂਗਰਸ ਪਾਰਟੀ ਭਿੱਖੀ ਪਿੰਡ ਦੇ ਵੋਟਰਾਂ ਦੇ ਫਤਵੇ ਤੋਂ ਡਰਦੀ। ਦੇਖੋ, ਮੇਰਾ ਖਿਆਲ ਹੈ ਕਿ ਉਹਨਾਂ ਨੇ ਇੱਕ ਨੌਜਵਾਨ ਹੈ ਖੇਮਕਰਨ ਤੋਂ, ਮਨਜੀਤ ਸਿੰਘ, ਮੇਰਾ ਖਿਆਲ ਹੈ ਕਿ ਜਦੋਂ ਦੀ ਮੈਂ ਸਿਆਸਤ ਸ਼ੁਰੂ ਕੀਤੀ ਹੈ, ਉਹ ਭੁੱਲਰ ਪਰਿਵਾਰ ਦੇ ਇਸੇ ਸੁਖਪਾਲ ਭੁੱਲਰ ਦੇ ਪਿਓ ਦੇ ਨਾਲ ਰਹੇ ਨੇ ਔਰ ਲਗਾਤਾਰ MC ਬਣਦੇ ਰਹੇ ਨੇ, ਔਰ ਮਨਜੀਤ ਸਿੰਘ ਦੇ ਫਾਦਰ ਜਿਹੜੇ ਓਂਕਾਰ ਸਿੰਘ ਸੋਢੀ ਨੇ, ਉਹ ਨਗਰ ਪੰਚਾਇਤ ਭਿੱਖੀ ਪਿੰਡ ਦੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਨੇ ਲੰਬਾ ਸਮਾਂ ਖੇਮਕਰਨ ਦੇ। ਔਰ ਦੂਸਰੀ ਗੱਲ ਜਿਹੜੀ ਹੈ ਕਿ ਇਹਨਾਂ ਦੀਆਂ ਨਲਾਇਕੀਆਂ ਦੇਖ ਕੇ, ਇਹਨਾਂ ਦੀਆਂ ਜਾਤੀਆਂ ਦੇਖ ਕੇ, ਇਹਨਾਂ ਦੇ ਮਾੜੇ ਕੰਮਾਂ ਨੂੰ ਦੇਖ ਕੇ, ਉਹ ਪਰਿਵਾਰ ਜਿਹੜਾ ਆ ਹੁਣ ਮੇਰੇ ਨਾਲ ਜੁੜ ਗਿਆ। ਔਰ ਕਿਸੇ ਵੀ ਤਰ੍ਹਾਂ ਦਾ ਕੋਈ ਅਜਿਹਾ ਕੇਸ ਉਸ ਨੌਜਵਾਨ 'ਤੇ ਨਹੀਂ ਜਿਹਦੇ ਨਾਲ ਉਹਦੇ ਪਰਿਵਾਰ ਨੂੰ ਨਮੋਸ਼ੀ ਦੇ ਨਾਲ ਸਿਰ ਨੀਵਾਂ ਕਰਨਾ ਪਵੇ। ਸੋ ਇਸ ਦੌਰਾਨ ਬਲਟੋਹਾ ਨੇ ਇਹ ਵੀ ਇਲਜ਼ਾਮ ਲਾਏ ਕਿ ਕਾਂਗਰਸ ਦੇ ਇਸ਼ਾਰਿਆਂ ਤੇ ਹੀ ਪੁਲਿਸ ਨੇ ਸਾਡੇ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਨੇ। ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।